ਤੇ ਪਤਾ ਹੀ ਨਹੀਂ ਸੀ ਸਾਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਕਿ ਕੀ ਕਰਦੇ ਕੁੱਟਮਾਰ ਹੋਈ ਆ ਰੀ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਤੁਹਾਡੇ ਤੇ ਪੁਲਿਸ ਬਣੀ ਹੋ ਕਾਫੀ ਤੁਹਾਡੀ ਕੁੱਟਮਾਰ ਕੀਤੀ ਗਈ ਆ ਤੁਹਾਡੇ ਸੱਟਾਂ ਵੀ ਕਾਫੀ ਲੱਗੀਆਂ ਨੇ ਸੱਟਾਂ ਜੀ ਮੇਰੇ ਬੈਗ ਤੇ ਹੁਣ ਵੀ ਆ ਮਸਲ ਪਾਟੇ ਹੋਏ ਨੇ ਇਹ ਲੇਅਰ ਡੈਮੇਜ ਹੋ ਚੁੱਕੀ ਆ ਇੰਨੀ ਜ਼ਿਆਦਾ ਕੁੱਟਮਾਰ ਹੋਈ ਆ ਦੋ ਤਿੰਨ ਸੋਟੀਆਂ ਤੋੜ ਦਿੱਤੀਆਂ ਗਈਆਂ ਸਾਡੇ ਤੇ ਵੀ ਪੈਰਾਂ ਤੇ ਵੀ ਤੁਹਾਡੇ ਕੀਤਾ ਗਿਆ ਕਾਫੀ ਤੁਹਾਨੂੰ ਪੈਰਾਂ ਬਨ ਕੇ ਉੱਤੇ ਵੀ ਸੋਟੀਆਂ ਮਾਰੀਆਂ ਪਹਿਰਾਂ ਤੇ ਵੀ ਸੂਤੀਆਂ ਮਰੀਆਂ ਗਈਆਂ ਦੇਖਦੇ ਹੀ ਨਹੀਂ ਸੀ ਜਿੱਥੇ ਜੀ ਕਰਦਾ ਸੀ ਮਾਰਦੇ ਸੀ ਜਿਹੜੇ ਆਪਣੇ ਬਜ਼ੁਰਗ ਸੀ ਬਜ਼ੁਰਗਾਂ ਨਾਲ ਵੀ ਇਸੇ ਤਰ੍ਹਾਂ ਨਾਲ ਹੀ ਹੋਇਆ ਬਜ਼ੁਰਗਾਂ ਨਾਲ ਵੀ ਸੇਮ ਹੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਅਮੇজিং ਟੀਵੀ ਚੈਨਲ ਤੋਂ ਅੱਜ ਅਸੀਂ ਨੌਜਵਾਨ ਲੜਕਾ ਇਕਵਾਲ ਦੇ ਕੋਲ ਪਹੁੰਚੇ ਆ ਤੂਸੇਪਿੰਡ ਦੇ ਵਿੱਚ ਇਹਦੇ ਨਾਲ ਗੱਲਬਾਤ ਕਰਦੇ ਆ ਇਹ ਨੌਜਵਾਨ ਉਹ ਆ ਤੁਹਾਨੂੰ ਦੱਸ ਦਈਏ ਜਿਹੜਾ ਦਿੱਲੀ ਦੇ ਵਿੱਚ ਗਿਆ ਸੀ ਅਤੇ ਉੱਥੇ ਪੁਲਿਸ ਦੇ ਵਨੀਓ ਇਹਦੇ ਤੇ ਬਹੁਤ ਤੰਗ ਪਰੇਸ਼ਾਨ ਤਸਕਰ ਕੀਤਾ ਗਿਆ ਵਾ ਜਿਹਦੇ ਕਰਕੇ ਅਸੀਂ ਇਹਦੇ ਨਾਲ ਅੱਜ ਮੁਲਾਕਾਤ ਕਰਨ ਆਏ ਆ ਇਹਦੀ ਜਵਾਨੀ ਸੁਣਦੇ ਆ ਕੀ ਕੀ ਗੱਲਾਂ ਹੋਈਆਂ ਨੇ ਕਿਵੇਂ ਦਿੱਲੀ ਦੇ ਵਿੱਚ ਪਹੁੰਚਿਆ ਗਿਆ ਤੇ ਕਿਵੇਂ ਇਹਨੂੰ ਪੁਲਿਸ ਨੇ ਆਪਣੇ ਰਸਦ ਦੇ ਵਿੱਚ ਲੈ ਲਿਆ ਸੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਵੀਰੇ ਆਪਣਾ ਨਾਮ ਦੱਸੋ ਇਕਬਾਲ ਸਿੰਘ ਮੇਰਾ ਪਿੰਡ ਟੂਸਾ ਜ਼ਿਲ੍ਹਾ ਲੁਧਿਆਣਾ ਜੀ ਮੈਨੂੰ ਇਹ ਦੱਸੋ ਜੀ ਸਭ ਤੋਂ ਪਹਿਲਾਂ ਤੁਸੀਂ ਦਿੱਲੀ ਦੇ ਵਿੱਚ ਕਦੋਂ ਗਏ ਸੀ ਸਾਰਿਆਂ ਤੋਂ ਪਹਿਲਾਂ ਕਿ ਅਸੀਂ ਦਸੰਬਰ ਦੇ ਵਿੱਚ ਜੀ ਉਸ ਤੋਂ ਬਾਅਦ ਗਿਆ ਸੀ ਜਨਵਰੀ 10 12 ਤਰੀਕ ਨੂੰ ਜਨਵਰੀ ਜੀ ਤੇ ਜਦੋਂ ਤੁਸੀਂ ਇਹ 26 ਤਰੀਕ ਦੀ ਵਾਰਦਾਤ ਹੋਈ ਆ ਇਹਦੇ ਬਾਰੇ ਚ ਥੋੜਾ ਜਿਹਾ ਦੱਸੋ ਵੀ ਤੁਸੀਂ ਕਦੋਂ ਦਿੱਲੀ ਦੇ ਵਿੱਚ ਪਹੁੰਚੇ ਸੀ ਕੀ ਕੀ ਗੱਲ ਹੋਈ ਆ ਤੇ ਕਿਵੇਂ ਕਿਵੇਂ ਤੁਹਾਨੂੰ ਪੁਲਿਸ ਨੇ ਆਵਰੇ ਕਾਬੂ ਦੇ ਵਿੱਚ ਕੀਤਾ ਤੇ ਹਿਰਾਸਤ ਦੇ ਵਿੱਚ ਲਿਆ ਵਾ ਤੁਹਾਨੂੰ 26 ਜਨਵਰੀ ਦੀ ਜਿਹੜੀ ਘਟਨਾ ਹੋਈ ਆ ਉਹਦੇ ਬਾਰੇ ਸਾਨੂੰ ਪਤਾ ਨਹੀਂਗਾ ਕਿਉਂਕਿ ਇੰਟਰਨੈਟ ਉੱਥੇ ਬੰਦ ਸੀਗਾ ਜੀ ਅਸੀਂ ਵੀ ਪ੍ਰੇਡ ਤੇ ਸ਼ਾਮਲ ਹੋਏ ਸੀਗੇ ਯਾਨੀ ਪਰ ਸਾਤੋਂ ਗਾਂ ਜਾ ਨਹੀਂ ਹੋਇਆ ਸੀ ਹੋਏ ਸੀ 11 12 ਵਜੇ ਜੀ ਸ਼ਾਮਲ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਬਠਿੰਡੇ ਤੋਂ ਜੀ ਪਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਇਸ ਕਰਕੇ ਗਾਂਹ ਜਾ ਹੀ ਨਹੀਂ ਸਕੇ ਅਸੀਂ ਜੀ ਜੀ ਤੁਸੀਂ ਜਿਹੜਾ ਰਹਿਣ ਜਿੱਥੇ ਰਹਿ ਰਹੇ ਸੀ ਉਹ ਤੁਸੀਂ ਸੰਘੂ ਬਾਰਡਰ ਤੇ ਰਹਿ ਰਹੇ ਸੀ ਸਿੰਘੂ ਬਾਰਡਰ ਤੇ ਦਿੱਲੀ ਗੁਰਦੁਆਰਾ ਕਮੇਟੀ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਸੀ ਉੱਥੇ ਹੀ ਸੇਵਾ ਕਰਦੇ ਸੀ ਜੀ ਉਹਨਾਂ ਦੇ ਹੀ ਰਹਿਣ ਨੂੰ ਤੰਬੂ ਲਾਏ ਹੋਏ ਸੀ ਉੱਥੇ ਉੱਥੇ ਹੀ ਰਹਿੰਦੇ ਸੀ ਜੀ ਜਦੋਂ ਤੁਹਾਨੂੰ ਪੁਲਿਸ ਨੇ ਰਾਸਥ ਦੇ ਵਿੱਚ ਲਿਆ ਤੇ ਉਦੋਂ ਤੁਸੀਂ ਕਿਦੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਤੇਲ ਪਾਉਣ ਜਾ ਰਹੇ ਸੀ ਤੁਸੀਂ ਦੱਸ ਰਹੇ ਸੀ ਉਹ ਗੱਲ ਦੇ ਬਾਰੇ ਚ ਦੱਸੋ ਸਾਨੂੰ ਗੱਡੀ 'ਚ ਸਾਡੀ ਨਾਲ ਦੇ ਮੁੰਡੇ ਦੀ ਤੇਲ ਮੁੱਕ ਚੁੱਕੀ ਸੀ ਯਾਨੀ ਜੀ ਜੀ ਤੇ ਉਹਦੇ ਵਿੱਚ ਤੇਲ ਪਾਉਣਾ ਸੀ ਏਟੀਐਮ ਚ ਪੈਸੇ ਕਢਾਉਣੇ ਸੀ ਅਸੀਂ ਪਹਿਲਾਂ ਸਿੰਘੂ ਬਾਰਡਰ ਤੇ ਇਧਰ ਨੂੰ ਜਿਹੜਾ ਮੇਨ ਆ ਰੋਡ ਹਾਈਵੇ ਆ ਜਿਹਦੇ ਤੇ ਧਰਨਾ ਲੱਗਿਆ ਹੋਇਆ ਉਹਤੇ ਵੀ ਦੇਖਿਆ ਨਹੀਂ ਕੋਈ ਏਟੀਐਮ ਕੋਈ ਖੁੱਲਾ ਨਹੀਂ ਸੀਗਾ ਜੀ ਕਈ ਬੰਦ ਸੀਗੇ ਕਈਆਂ 'ਚ ਪੈਸੇ ਨਹੀਂ ਸੀਗੇ ਜੀ ਜੀ ਫਿਰ ਅਸੀਂ ਉਹ ਤੋਂ ਪੁੱਛਿਆ ਵੀ ਏਟੀਐਮ ਜਾਣਾ ਵਾ ਜੀ ਉਹਨਾਂ ਨੇ ਸਾਨੂੰ ਉਹ ਰਾਹ ਦੱਸਿਆ ਜਿਹੜਾ ਨਰੀਲਾ ਵੱਲੋਂ ਜਾਂਦਾ ਸਿੰਘੂ ਬਾਰਡਰ ਤੋਂ ਨਰੀਲਾਂ ਜੀ ਤੇ ਅਸੀਂ ਆਟੋ ਕਰਕੇ ਉਧਰ ਨੂੰ ਚਲੇ ਗਏ ਅੱਗੇ ਪੁਲਿਸ ਵਾਲਿਆਂ ਦੇ ਪੱਥਰ ਲਾਏ ਹੋਏ ਸੀ ਪਹਿਲਾਂ ਸਵੇਰੇ ਤਾਂ ਹੈ ਨਹੀਂ ਸੀਗੇ ਜਦੋਂ ਅਸੀਂ ਸ਼ਾਮ ਨੂੰ ਗਏ ਆ 5 ਵਜੇ 5 ਵਜੇ ਦਾ ਟਾਈਮ ਹੋਊਗਾ 5:30 ਦਾ ਜੀ ਤੇ ਉੱਥੇ ਪੱਥਰ ਲੱਗੇ ਹੋਏ ਸੀ ਸਾਈਡ ਤੋਂ ਅਸੀਂ ਨਿਕਣ ਲੱਗੇ ਆਟੋ ਉਤਰ ਕੇ ਤੇ ਪੁਲਸ ਵਾਲਿਆਂ ਨੇ ਸਾਨੂੰ ਰੋਕਿਆ ਵੀ ਕਿੱਥੋਂ ਆਏ ਹੋ ਅਸੀਂ ਕਿ ਪੰਜਾਬ ਤੋਂ ਆਏ ਆ ਵੀ ਕਿੱਥੋਂ ਦੇ ਰਹਿਣ ਵਾਲੇ ਹਾਂ ਕਿ ਪੰਜਾਬ ਦੇ ਰਹਿਣ ਵਾਲੇ ਆ ਤੇ ਇੰਨਾ ਕਹਿਣ ਦੇ ਸਾਰੀ ਸਾਨੂੰ ਕਹਿੰਦੇ ਆ ਜੋ ਵੀ ਤੁਹਾਡੀ ਵੈਰੀਫਿਕੇਸ਼ਨ ਕਰਨੀ ਆ ਠੀਕ ਆ ਚਲ ਵੈਰੀਫਿਕੇਸ਼ਨ ਕਰਕੇ ਛੱਡ ਦੇਣਗੇ ਕੀ ਪਤਾ ਕੀ ਨਾਂ ਨੂੰ ਲਿਖਣੂਗੇ ਸ਼ਾਇਦ ਤਰਨੇ ਵਾਲੇ ਤੇ ਪੁੱਛਿਆ ਸੀ ਵੀ ਤੂੰ ਨੀਂਦ ਆਉਂਦੀ ਸੀ ਸਾਨੂੰ ਫੇਰ ਕੋਈ ਨਾ ਕੋਈ ਪੁੱਛ ਗਿਛ ਲਈ ਆ ਜਾਂਦੇ ਸੀਗੇ ਸੌਣ ਨਹੀਂ ਸੀ ਤੈਨੂੰ ਦੇ ਰਹੇ ਹੋ ਹਾਂਜੀ ਤੇ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਗਏ ਹੋ ਤੇ ਉਸ ਤੋਂ ਬਾਅਦ ਤੁਹਾਡੇ ਘਰਦਿਆਂ ਨੂੰ ਫਿਰ ਦੱਸਿਆ ਗਿਆ ਵਾ ਵੀ ਤੁਹਾਡਾ ਲੜਕਾ ਵਾ ਇਹਨੂੰ ਅਸੀਂ ਜੇਲ੍ਹ ਦੇ ਵਿੱਚ ਲੈ ਗਏ ਆਂ ਤੇ ਹੜਦੇਲ ਦੇ ਵਿੱਚ ਬੰਦਵਾ ਇਹ ਹਾਂਜੀ ਦੂਜੇ ਦਿਨ ਸਵੇਰ 30 ਤਰੀਕ ਨੂੰ ਫੋਨ ਉਹਨਾਂ ਨੇ ਕਿਹਾ ਸੀ ਵੀ ਆਪਦੇ ਘਰਦਿਆਂ ਦਾ ਨੰਬਰ ਦੋ ਤੇ ਉਹਨਾਂ ਨੇ ਫਿਰ ਫੋਨ ਕਰਕੇ ਦੱਸਿਆ ਵੀ ਤੁਹਾਡਾ ਲੜਕਾ ਅਰੈਸਟ ਹੋ ਚੁੱਕਿਆ ਘਰਦਿਆਂ ਨੂੰ ਸਾਡੇ ਨੂੰ ਜੀ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਜੇਲ੍ਹ ਦੇ ਵਿੱਚ ਰਹਿ ਕੇ ਆਏ ਤੁਸੀਂ ਧੜ ਜੇਲ੍ਹ ਦੇ ਵਿੱਚ ਇੱਕ ਮਹੀਨਾ ਪੂਰਾ ਅਚਲ ਤੇ ਹੋਰ ਜਿਹੜੇ ਲੜਕੇ ਆ ਉਹ ਵੀ ਕੁਝ ਆਏ ਨੇ ਕੁੱਲ ਕਿੰਨੇ ਲੜਕਿਆਂ ਦੀ ਗਿਣਤੀ ਸੀ ਕੁਝ ਪਤਾ ਤੁਹਾਨੂੰ ਕਿੰਨੇ ਕ ਸੀ ਤੁਹਾਡੇ ਨਾਲ ਜਿਹੜੇ ਮੇਰੇ ਨਾਲ ਹੋਰ ਸੀਗੇ 30 ਤੋਂ 40 ਦੇ ਵਿੱਚ ਵਿੱਚ ਸੀਗੇ ਅੱਛਾ ਜੀ ਵਿੱਚ ਜਿਆਦੇ ਉਮਰ ਦੇ ਵੀ ਸੀਗੇ ਵਿੱਚ ਮੁੰਡੇ ਵੀ ਸੀਗੇ ਮੇਰੀ ਉਮਰ ਦੇ ਵੀ ਸੀਗੇ ਜੀ ਜੀ ਤੇ ਉਹ ਤਕਰੀਬਨ ਸਾਰੇ ਆ ਚੁੱਕੇ ਆ ਜੀ ਜਣ ਕੇ ਵਿੱਚ ਵਿੱਚ ਹਜੇ ਜਿੰਨਾ ਕਿ ਤੁਹਾਨੂੰ ਨੌਲੇਜ ਆ ਜਿੰਨਾ ਕਿ ਤੁਹਾਨੂੰ ਪਤਾ ਜਿਹੜੇ ਤੁਹਾਡੇ ਵਾਲੇ ਥਾਣੇ ਦੇ ਵਿੱਚ ਸੀਗੇ ਜਿਹੜੇ ਤੁਹਾਡੇ ਨਾਲ ਰਹਿ ਰਹੇ ਸੀ ਉਹਨਾਂ ਦਾ ਹੀ ਪਤਾ ਹਜੇ ਬਾਕੀਆਂ ਦਾ ਤਾਂ ਕੁਝ ਪਤਾ ਹੀ ਨਹੀਂ ਕਿਹੜੇ ਕਿਹੜੇ ਥਾਣੇ 'ਚ ਕਿੰਨੇ ਲੜਕੇ ਫੜੇ ਹੋਏ ਨੇ ਨਹੀਂ ਬਾਕੀਆਂ ਦਾ ਨਹੀਂ ਸਾਨੂੰ ਇੰਨਾ ਪਤਾ ਜਾਨੀ ਸਾਡੇ ਜਨੇ ਅਲੀਪੁਰ ਥਾਣੇ 'ਚ ਜਿਹੜੀ ਐਫਆਈਆਰ ਦਰਜ ਹੋਈ ਆ ਜੀ ਉਹਦੇ ਬਾਰੇ ਜੀ ਪਤਾ ਸਾਨੂੰ ਵੀ ਕਿੰਨੇ ਲੜਕੇ ਅੰਦਰ ਗਏ ਸੀਗੇ ਤੇ ਬਾਹਰ ਕਿੰਨੇ ਆ ਚੁੱਕੇ ਆ ਤਕਰੀਬਨ ਆਈ ਚੁੱਕੇ ਆ ਸਾਰੇ ਜੀ ਜੀ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਘਰੇ ਆਇਆਂ ਨੂੰ ਚਾਰ ਪੰਜ ਤਿੰਨ ਚਾਰ ਦਿਨ ਹੋ ਗਏ ਜੀ ਜੀ ਤੇ ਹੁਣ ਤੁਸੀਂ ਦਵਾਈ ਬੂਟੀ ਆਵਰੀ ਲੈ ਰਹੇ ਹੋ ਐਕਸਰਾ ਹਜੇ ਤੁਹਾਡਾ ਕਰਵਾਉਂਗੇ ਕੁਝ ਟਾਈਮ ਠਹਿਰ ਕੇ ਹਜੇ ਤੁਸੀਂ ਦਵਾਈ ਲਈ ਹੈ ਕੱਲੀ ਹਾਂਜੀ ਕੱਲੀ ਦਵਾਈ ਹੋਈ ਲਈ ਹੈ ਹਲੇ ਐਕਸਰਾ ਇੱਕ ਅੱਧੇ ਦਿਨ ਤੱਕ ਕਰਾਵਾਂਗੇ ਕੱਲ ਨੂੰ ਜੀ ਜੀ ਇਹ ਜਿਹੜਾ ਨੌਜਵਾਨ ਲੜਕਾ ਵਾ ਇਹਨੂੰ ਕਾਫੀ ਜੇਲ ਦੇ ਤੋਂ ਬਾਹਰ ਵੀ ਪਰੇਸ਼ਾਨ ਕੀਤਾ ਗਿਆ ਜੇਲ ਦੇ ਵਿੱਚ ਜਾ ਕੇ ਫੋਨ ਫਾਨ ਤੁਹਾਨੂੰ ਕਰਵਾ ਦਿੰਦੇ ਸੀ ਘਰਦਿਆਂ ਨਾਲ ਗੱਲ ਹੁੰਦੀ ਸੀ ਤੁਹਾਡੀ ਹਾਂਜੀ ਅੰਦਰ ਸਾਨੂੰ ਕਰਵਾਈ ਹੈ ਜਿਹੜੇ ਜੇਲ੍ਹ ਦੇ ਸੁਪਰਡੈਂਟ ਸੀਗੇ ਜੀ ਜੀ ਉਹ ਆਪਣੇ ਪੰਜਾਬ ਤੋਂ ਵੀ ਸੀਗੇ ਹੁਸ਼ਿਆਰ ਪਰਦੇ ਸੀਗੇ ਜੀ ਬੰਦੇ ਵਧੀਆ ਸੀ ਉਹਨਾਂ ਨੇ ਸਾਨੂੰ ਪੁੱਛਿਆ ਵੀ ਵੀ ਕਿ ਇਹ ਗਲਤੀ ਤਕਲੀਫ ਤਾਂ ਨਹੀਂ ਜਾਂ ਇਦਾਂ ਤੇ ਉਹ ਸਾਨੂੰ ਫੋਨ ਕਰਵਾ ਦਿੰਦੇ ਸੀਗੇ ਜੀ ਜੀ ਤੁਸੀਂ ਇਸ ਚੀਜ਼ ਦੀ ਮੰਗ ਕਰਦੇ ਹੋ ਸਰਕਾਰ ਨੂੰ ਵੀ ਇਸ ਚੀਜ਼ ਦਾ ਵੀ ਜਿਹੜਾ ਇਹ ਧਾਰਾ ਲਾਈਆਂ ਨੇ ਉਹ ਧਾਰਾ ਦੇ ਬਾਰੇ ਵਿੱਚ ਵੀ ਇੱਕ ਜਾਣਕਾਰੀ ਦੋ ਅਤੇ ਜਿਹੜੇ ਤੁਹਾਡੇ ਨੌਜਵਾਨ ਸਾਥੀ ਹੋਰ ਵੀ ਰਹਿੰਦੇ ਨੇ ਤੁਸੀਂ ਇਹ ਕਿਸਾਨ ਜੱਥੇਬੰਦੀਆਂ ਨੂੰ ਵੀ ਅਪੀਲ ਕਰਦੇ ਹੋ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹਾਂਜੀ ਬਿਲਕੁਲ ਜੀ ਉਹਨਾਂ ਨੂੰ ਕੱਢਿਆ ਜਾਵੇ ਕਿਉਂਕਿ ਨਜਾਇਜ਼ ਕਸੂਰ ਕੋਈ ਨਹੀਂ ਸੀ ਸਾਡਾ ਜੀ ਸਾਡਾ ਕਸੂਰ ਇੰਨਾ ਹੀ ਸੀ ਵੀ ਅਸੀਂ ਧਰਨੇ 'ਚ ਸ਼ਾਮਲ ਹੋਏ ਜੀ ਤੇ ਧਾਰਾ ਦੇ ਬਾਰੇ 'ਚ ਵੀ ਦੱਸੋ ਸਾਨੂੰ ਕਿਹੜੀ ਕਿਹੜੀ ਧਾਰਾ ਤੁਹਾਡੇ ਤੇ ਲਾਈ ਗਈ ਆ ਧਾਰਾ 147 148 149 155 186 307 323 355 ਇਦਾਂ ਦੀ ਇੱਕ ਹੋਰ ਆ ਜਾਨੀ ਪੱਕਾ ਨਹੀਂ ਮੈਂ ਦੱਸ ਜੀ 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 ਕਈ ਧਾਰਾਂ ਲਾਈਆਂ ਗਈਆਂ ਨੇ ਤੇ ਵਕੀਲ ਜਿਹੜੇ ਸੀਗੇ ਵਕੀਲ ਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਹੀ ਭੇਜੇ ਗਏ ਸੀ ਉਹ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ ਉਹਨਾਂ ਨਾਲ ਹਾਂਜੀ ਵਕੀਲ ਸੀਗੇ ਜਿਹੜੇ ਕਿਸਾਨ ਜੱਥੇਬੰਦੀ ਕਿਸਾਨ ਜੱਥੇਬੰਦੀਆਂ ਵੱਲੋਂ ਹਾਂਜੀ ਹਾਂਜੀ ਤੇ ਸਿਰਸ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੱਲੋਂ ਜੀ ਜੀ ਕੀਤੇ ਗਏ ਸੀ ਦੀ ਉਹਨਾਂ ਦੇ ਹੈਡ ਸੀ ਮੇਨ ਸੀਗੇ ਯਾਨੀ ਮੁਖੀ ਸੀ ਕਿਸਾਨ ਜੱਥੇਬੰਦੀਆਂ ਵੱਲੋਂ ਪ੍ਰੇਮ ਸਿੰਘ ਪੰਗੂ ਜੀ ਉਹਨਾਂ ਨੇ ਕਿਤੇ 150 ਵਕੀਲ ਸੀਗੇ 150 ਵਕੀਲਾਂ ਦੀ ਟੀਮ ਸੀ ਜੀ 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 ਇਹ ਸਨ ਸਾਡਾ ਨੌਜਵਾਨ ਲੜਕਾ ਪਿੰਡ ਟੂਸਿਆਂ ਤੋਂ ਜਿਹੜਾ ਕਿ ਬਹੁਤ ਜ਼ਿਆਦਾ ਉੱਥੇ ਜਿਹੜੀ ਕੁੱਟਮਾਰ ਹੋਈ ਆ ਉਹ ਚੱਲ ਕੇ ਆਇਆ ਵਾ ਪਰ ਇਹਦਾ ਜਿਹੜਾ ਜਜ਼ਬਾ ਵਾ ਇਹ ਹਜੇ ਵੀ ਪੂਰਾ ਕਾਇਮ ਆ ਇਹ ਹਜੇ ਵੀ ਮੰਗ ਰੱਖਦਾ ਕਿ ਜਿਹੜੇ ਕਾਨੂੰਨ ਨੇ ਇਹ ਬਿਲਕੁਲ ਰੱਦ ਹੋਣੇ ਚਾਹੀਦੇ ਆ ਕਾਨੂੰਨ ਤਾਂ ਹੀ ਰੱਦ ਹੀ ਹੋਣੇ ਚਾਹੀਦੇ ਆ ਹੁਣ ਇੰਨਾ ਟੌਰਚਰ ਸਹਿ ਕੇ ਆਏ ਆ ਜੀ ਜੀ ਪਰਚੇ ਵੀ ਪੈ ਗਏ ਆ ਇੰਨੇ ਜੀ ਤੇ ਜੇ ਹਜੇ ਵੀ ਨਾ ਰੱਦ ਹੋਏ ਤਾਂ ਫਿਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਜਿਹੜਾ ਲੜਕਾ ਵਾ ਇਹਰੇ ਹਜੇ ਸੱਟਾਂ ਪੇਟਾਂ ਨੇ ਜਿਹੜਾ ਇਹਰੇ ਤੇ ਜ਼ਖਲ ਮਟਾਇਆ ਗਿਆ ਵਾ ਦਿੱਲੀ ਪੁਲਿਸ ਬਣੀਓ ਕੇਂਦਰ ਸਰਕਾਰ ਬਣੀਓ ਉਹਨਾਂ ਦੀ ਸ਼ਹਿਤ ਇਹ ਕੀਤਾ ਗਿਆ ਵਾ ਇਹ ਨੌਜਵਾਨ ਦੇ ਹਜੇ ਵੀ ਕਾਫੀ ਡੂੰਘਾਈ ਦੇ ਵਿੱਚ ਆ ਜਿਹੜੀਆਂ ਡੂੰਘਾ ਗੁੱਜੀਆਂ ਸੱਟਾਂ ਨੇ ਇਹ ਪਿੰਡ ਟੂਸੇ ਦਾ ਨੌਜਵਾਨ ਆ ਇਹਰੇ ਦੱਸਣ ਦੇ ਮੁਤਾਬਕ ਸਾਰੀਆਂ ਗੱਲਾਂ ਬਾਤਾਂ ਇਹਨੇ ਖੁਦ ਬਿਆਨ ਕੀਤੀਆਂ ਨੇ ਕਿ ਜੇਲ੍ਹ ਦੇ ਵਿੱਚ ਜਦੋਂ ਗਿਆਵਾ ਉਦੋਂ ਜਾ ਕੇ ਇਹਨਾਂ ਦਾ ਥੋੜਾ ਜਿਹਾ ਮਨ ਨੂੰ ਹੋਇਆ ਕਿ ਹਾਂ ਵੀ ਹੁਣ ਸਾਡੀ ਇੱਥੇ ਜਿਆਦਾ ਕੋਈ ਕੁੱਟਮਾਰ ਨਹੀਂ ਕੀਤੀ ਜਾ ਰਹੀ ਪਰ ਪਹਿਲਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਡਰ ਸੀ ਇੱਕ ਖੋਫ ਸੀ ਇਹ ਵੀ ਸਾਡੇ ਨਾਲ ਪਤਾ ਨਹੀਂ ਕਹਾਂ ਜਾ ਕੇ ਕੀ ਹੋਊਗਾ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕੈਮਰਾਮੈਨ ਰਾਜੂ ਗੱਲ ਦੇ ਨਾਲ ਗੁਰੂ ਸਰ ਸੁਧਾਰ ਤੋਂ ਜੀ ਨੂੰ ਨਾਲ ਦੇ ਕੰਮ ਰਿਆ ਸੀ ਉੱਥੇ ਜਿੱਥੇ ਵੈਰੀਗੇਟ ਕੀਤੀ ਹੋਈ ਸੀ ਵੈਰੀਗੇਟਿੰਗ ਬੱਤੀਆਂ ਉਹਲੇ ਨਰੇਲਾ ਰੋਡ ਆਹੋ ਜੀ 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 ਪੰਜ ਨੰਬਰ ਸ਼ਾਇਦ ਬੱਤੀਆਂ ਕਹਿੰਦੇ ਹਨ ਜੀ 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 ਤੇ ਉਹਦੇ ਵਿੱਚ ਲੈ ਕੇ ਤੇ ਸਾਨੂੰ ਧੱਕਾ ਮਾਰ ਕੇ ਬਸ ਉਹਨਾਂ ਨੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਅਸੀਂ ਪੁੱਛਿਆ ਵੀ ਵੀ ਕਾਹ ਤੋਂ ਸਾਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਮੌਕਾ ਕਈਆਂ ਦੇ ਜਿਨ੍ਹਾਂ ਦੇ ਸਾਡੇ ਪਰਨੇ ਬੰਨੇ ਹੋਏ ਸੀ ਬਜ਼ੁਰਗਾਂ ਦੇ ਪੱਗਾਂ ਬੰਨੀਆਂ ਹੋਈਆਂ ਸੀ ਉਹ ਵੀ ਲਾਇਆਂ ਹੋਈਆਂ ਸੀਗੀਆਂ ਕਕਾਰਾਂ ਦੀ ਬੇਅਦਬੀ ਕੀਤੀ ਕਕਾਰਾਂ ਨੂੰ ਚੱਕੂ ਹੀ ਬੋਲ ਰਹੇ ਸੀ ਸ੍ਰੀ ਸਾਹਿਬ ਨੂੰ ਜੀ ਵਿਚਾਕੂ ਆ ਤੁਹਾਡੇ ਕੋਲ ਤੁਸੀਂ ਖਾਲਿਸਤਾਨੀ ਅੱਤਵਾਦੀ ਕਹਿ ਕੇ ਸਾਨੂੰ ਕੁੱਟਿਆ ਗਿਆ ਹਾਂਜੀ ਹਾਂਜੀ ਤੁਹਾਡੇ ਤੇ ਹੱਤਿਆਚਾਰ ਬਹੁਤ ਜ਼ਿਆਦਾ ਤੁਹਾਡੇ ਤੇ ਜ਼ੁਲਮ ਉਹਨਾਂ ਨੇ ਕੀਤਾ ਟਾਇਆ ਤੇ ਤੁਹਾਡੀ ਕੁੱਟਮਾਰ ਬਹੁਤ ਕੀਤੀ ਆ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਆ ਕਈ ਮੁੰਡਿਆਂ ਦੀਆਂ ਤਾਂ ਉਂਗਲ ਇੱਕ ਮੁੰਡੇ ਦੀ ਤਾਂ ਉਂਗਲ ਤੱਕ ਟੁੱਟ ਗਈ ਸੀ ਜੀ ਜੀ ਉਸ ਤੋਂ ਬਾਅਦ ਤੁਹਾਨੂੰ ਕਿੰਨੀ ਤਰੀਕ ਨੂੰ ਉਹਨਾਂ ਨੇ ਜੇਲ੍ਹ ਭੇਜਤਾ ਸੀ ਸਾਨੂੰ 29 ਨੂੰ ਸ਼ਾਮ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਪਤਾ ਹੀ ਨਹੀਂ ਸੀ ਸਾਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਕਿ ਕੀ ਕਰਦਾ ਕੁੱਟਮਾਰ ਹੋਈ ਆ ਰੀ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਬਾਅਦ ਵਿੱਚ ਸਾਨੂੰ ਉਦੋਂ 2-3 ਘੰਟੇ ਬਾਅਦ ਅਲੀਪੁਰ ਥਾਣੇ ਦੇ ਵਿੱਚ ਲੈ ਗਏ ਤੇ ਅਲੀਪੁਰ ਥਾਣੇ 'ਚ ਸਾਨੂੰ ਰਾਤ ਰੱਖਿਆ ਤੇ ਦੂਜੇ ਦਿਨ ਦੁਪਹਿਰੇ ਸਾਨੂੰ ਮੈਡੀਕਲ ਲਈ ਲੈ ਗਏ ਹਸਪਤਾਲ 'ਚ ਉੱਥੇ ਉਹਨਾਂ ਨੇ ਗੂਠੇਗਾਠੇ ਸਾਡੇ ਲਵਾਲੇ ਸੀਗੇ ਉਹਨਾਂ ਨੂੰ ਦੱਸਿਆ ਵੀ ਸਾਡੇ ਸੱਟਾਂ ਸੁੱਟਾਂ ਵੱਜੀਆਂ ਹੋਈਆਂ ਨੇ ਪਰ ਉੱਥੇ ਗੂਠੇਗਾਠੇ ਲਾਏ ਜਦੋਂ ਤੇ ਉਸ ਤੋਂ ਬਾਅਦ ਸਾਨੂੰ ਜੱਜ ਦੇ ਮੂਹਰੇ ਪੇਸ਼ ਕਰਨਾ ਸੀ ਸ਼ਾਮ ਹੋ ਗਈ ਸੀ ਯਾਨੀ ਤੇ ਜੱਜ ਦੇ ਮੂਹਰੇ ਵੀ ਅਸੀਂ ਉੱਥੇ ਪੇਸ਼ ਕੀਤਾ ਗਿਆ ਇੱਕ ਕੰਪਲੈਕਸ ਸ਼ਾਇਦ ਸਰਕਾਰੀ ਕੰਪਲੈਕਸ ਸੀਗਾ ਜਿਹਦੀ ਬੇਸਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਜੀ ਜੀ ਤੇ ਉੱਥੇ ਜੱਜ ਨੂੰ ਵੀ ਕਈਆਂ ਨੇ ਦੱਸਿਆ ਤੇ ਪਰ ਉਹਨਾਂ ਨੇ ਨਾਂ ਨੂੰ ਲਿਖ ਕੇ ਬਸ ਸਾਨੂੰ ਕਹਿੰਦੇ ਚਲੋ ਇਹਨਾਂ ਨੂੰ ਜੇਲ੍ਹ ਭੇਜ ਦਿਓ ਜੀ ਤੇ ਜੇਲ੍ਹ ਦੇ ਵਿੱਚ ਵੀ ਜਦੋਂ ਤੁਸੀਂ ਗਏ ਹੋ ਉਦੋਂ ਵੀ ਉਦੋਂ ਤੱਕ ਸਾਰੇ ਲੋਕਾਂ ਨੂੰ ਇਹ ਡਰ ਪਿਆ ਹੋਇਆ ਸੀਗਾ ਜਿੰਨੇ ਵੀ ਬਸ ਦੇ ਵਿੱਚ ਸੀ ਵੀ ਕੁਝ ਵੀ ਹੋ ਸਕਦਾ ਡਰ ਸਾਨੂੰ ਪਤਾ ਹੀ ਨਹੀਂ ਸੀ ਵੀ ਕੀ ਕੁਝ ਹੋ ਰਿਹਾ ਵਾ ਸਾਨੂੰ ਤਾਂ ਧਰਾਮਾਂ ਦਾ ਨਹੀਂ ਪਤਾ ਲੱਗਿਆ ਤੇ 2-3 ਦਿਨਾਂ ਬਾਅਦ ਅੰਦਰ ਜਾ ਕੇ ਪਤਾ ਲੱਗਿਆ ਵੀ ਕਿਹੜੀਆਂ-ਕਿਹੜੀਆਂ ਧਰਾਮਾਂ ਸਾਡੇ ਤੇ ਲਾਈਆਂ ਹੋਈਆਂ ਨੇ ਪਰ ਬਾਅਦ ਵਿੱਚ ਸਾਡੇ ਕੋਲੇ ਆ ਗਏ ਸੀ ਉੱਥੇ ਜਦੋਂ ਸ਼ਾਮ ਨੂੰ ਸਾਨੂੰ ਜੇਲ੍ਹ ਲਿਜਾਣ ਲੱਗੇ ਆ ਜੀ ਜੀ ਸਿਰਸਾ ਸਾਹਿਬ ਆ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਡਰੇ ਨਾ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕਢਾ ਲਾਂਗੇ ਬਾਹਰ ਤੇ ਸਾਨੂੰ ਇਹ ਸੁਣ ਕੇ ਥੋੜਾ ਜਿਹਾ ਹੌਸਲਾ ਹੋਇਆ ਸੀ ਨਹੀਂ ਤਾਂ ਹੀ ਜਣੀ ਸਾਡਾ ਮਨ ਵੀ ਟੁੱਟ ਚੁੱਕਿਆ ਸੀਗਾ ਜੀ 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 ਤੇ ਤੁਹਾਡੇ ਤੇ ਪੁਲਿਸ ਬੰਨਿਓ ਕਾਫੀ ਤੁਹਾਡੀ ਕੁੱਟਮਾਰ ਕੀਤੀ ਗਈ ਆ ਤੁਹਾਡੇ ਸੱਟਾਂ ਵੀ ਕਾਫੀ ਲੱਗੀਆਂ ਨੇ ਸੱਟਾਂ ਜੀ ਮੇਰੇ ਬੈਗ ਤੇ ਹੁਣ ਵੀ ਆ ਮਸਲ ਪਾਟੇ ਹੋਏ ਨੇਗੇ ਮੈਂ 1-2 ਦਿਨਾਂ ਚ ਐਕਸਰਾ ਕਰਾਉਣਾ ਵਾਂ ਉਦਾਂ ਦਵਾਈ ਲਈ ਸੀਗੀ ਉਹਨੇ ਕਹੇ ਸੀ ਉੱਪਰਲੀ ਲੇਅਰ ਡੈਮੇਜ ਹੋ ਚੁੱਕੀ ਆ ਜੀ ਇੰਨੀ ਜ਼ਿਆਦਾ ਕੁੱਟਮਾਰ ਹੋਈ ਆ 2-3 ਸੋਟੀਆਂ ਤੋੜ ਦਿੱਤੀਆਂ ਗਈਆਂ ਸਾਡੇ ਤੇ ਜੀ ਪੈਰਾਂ ਤੇ ਵੀ ਤੁਹਾਡੇ ਕੀਤਾ ਗਿਆ ਕਾਫੀ ਤੁਹਾਨੂੰ ਪੈਰਾਂ ਬੰਨ ਕੇ ਉੱਤੇ ਵੀ ਸੋਟੀਆਂ ਮਾਰੀਆਂ ਪੈਰਾਂ ਤੇ ਵੀ ਸੂਟੀਆਂ ਮਰੀਆਂ ਗਈਆਂ ਦੇਖਦੇ ਹੀ ਨਹੀਂ ਸੀ ਜਿੱਥੇ ਜੀ ਕਰਦਾ ਸੀ ਮਾਰਦੇ ਸੀ ਜਿਹੜੇ ਆਪਣੇ ਬਜ਼ੁਰਗ ਸੀ ਬਜ਼ੁਰਗਾਂ ਨਾਲ ਵੀ ਇਸੇ ਤਰ੍ਹਾਂ ਨਾਲ ਹੀ ਹੋਇਆ ਬਜ਼ੁਰਗਾਂ ਨਾਲ ਵੀ ਸੇਮ ਹੀ ਹੋਇਆ ਜੀ ਜੀ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਾ ਕੇ ਤੁਹਾਡੇ ਨਾਲ ਕੁੱਟਮਾਰ ਹੋਈ ਆ ਜੇਲ੍ਹ ਚ ਨਹੀਂ ਹੋਈ ਜੀ ਇੱਕ ਦਿਨ ਉੱਥੇ ਤੇ ਥਾਣੇ ਚ ਹੋਈ ਆ ਮਾੜੀ ਮੋਟ ਉਹਨਾਂ ਨੇ ਕਿਹਾ ਸਾਨੂੰ